ਮੇਰੇ ਵੱਲੋਂ ਕਿ ਪੂਰੇ ਸਿੱਖ ਜਗਤ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਹੀ ਇਹ ਉਮੀਦ ਇਹਨਾਂ ਦੇ ਉਪਰਾਲੇ ਕੀਤੇ ਜਾ ਰਹੇ ਆ, ਉਹ ਆਵਾਜ਼ ਚਾਹ ਰਹੇ ਆ ਕਿ ਉਹ ਅੰਮ੍ਰਿਤਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ। ਪਿਛਲੇ ਦਿਨ ਤੁਸੀਂ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ, ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ, ਸਰਕਾਰ ਤੱਕ ਪਹੁੰਚਾਉਣ ਲਈ ਕੋਈ ਗੱਲ ਹੋਈ? ਨਹੀਂ, ਉਹ ਜੀ ਇੱਕ ਸਹਿਜ ਸੁਭਾਅ ਮਿਲਣੀ ਸੀ ਉਹਨਾਂ ਨਾਲ, ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ, ਉੱਥੇ ਉਹ ਮਿਲ ਗਏ ਅਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਕਿ ਸਾਡੇ ਨਾਲ ਜੋ ਬੇਇਨਸਾਫੀਆਂ ਹੋ ਰਹੀਆਂ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ 'ਚ, ਅਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਥੇਦਾਰ ਆ ਸਾਰੇ ਤਖਤਾਂ ਦੇ, ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨੁਮਾਇੰਦੇ ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਸਲੇ 'ਤੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ 'ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਧੱਕਾ ਹੋ ਰਿਹਾ ਉਹਦੇ ਵਾਸਤੇ ਸਾਨੂੰ ਇਨਸਾਫ ਮਿਲ ਸਕੇ। ਸਾਰੇ ਕੰਮ 'ਚ ਸਰਕਾਰ ਦਾ ਰੋਲ ਕਿਵੇਂ ਸਮਝਦੇ ਹੋ ਤੁਸੀਂ? ਸਰਕਾਰ ਦਾ ਰੋਲ ਤਾਂ ਜੀ ਬੜਾ ਨੈਗੇਟਿਵ ਹੈ ਜੀ। ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਲੋਕਾਂ ਨੂੰ ਬਚਾਉਣ ਦੀ ਮੁਹਿੰਮ ਚਲਾ ਰਹੇ ਸੀ, ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ, ਅਤੇ ਉਹਨਾਂ ਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ 'ਤੇ ਇੱਦਾਂ ਦੇ ਗਲਤ ਧਰਾਵਾਂ ਲਾ ਕੇ, ਜੋ NSA ਵਰਗੇ ਕਾਨੂੰਨ ਹੈ ਬਹੁਤ ਸਖਤ, ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡਿਊਗੜ੍ਹ ਜੇਲ੍ਹ ਲਿਜਾਣਾ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ। ਜਲੰਧਰ ਜਿਮਨੀ ਚੋਣ ਵੀ ਹੈ ਜੀ, ਉਸ ਬਾਰੇ ਕੀ ਸੋਚਦੇ ਤੁਸੀਂ? ਨਹੀਂ, ਉਹਦੇ 'ਚ ਅਸੀਂ ਕੋਈ ਪਾਰਟੀਸਪੇਟ ਨਹੀਂ ਕੀਤਾ, ਅਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ, ਅਸੀਂ ਇਹ ਚੀਜ਼ ਉਮੀਦ ਕਰਦੇ ਹਾਂ। ਠੀਕ, ਮੇਰੇ ਵੱਲੋਂ ਕਿ ਪੂਰੇ ਸਿੱਖ ਜਗਤ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਹੀ ਇਹ ਉਮੀਦ ਇਹਨਾਂ ਦੇ ਉਪਰਾਲੇ ਕੀਤੇ ਜਾ ਰਹੇ ਆ, ਉਹ ਆਵਾਜ਼ ਚਾਹ ਰਹੇ ਆ ਕਿ ਉਹ ਅੰਮ੍ਰਿਤਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ। ਪਿਛਲੇ ਦਿਨ ਤੁਸੀਂ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ, ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ, ਸਰਕਾਰ ਤੱਕ ਪਹੁੰਚਾਉਣ ਲਈ ਕੋਈ ਗੱਲ ਹੋਈ ਹੈ? ਨਹੀਂ, ਉਹ ਜੀ ਇੱਕ ਸਹਿਜ ਸੁਭਾਅ ਮਿਲਣੀ ਸੀ ਉਹਨਾਂ ਨਾਲ, ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ, ਉੱਥੇ ਉਹ ਮਿਲ ਗਏ ਅਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਕਿ ਸਾਡੇ ਨਾਲ ਜੋ ਬੇਇਨਸਾਫੀਆਂ ਹੋ ਰਹੀਆਂ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ 'ਚ, ਅਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਥੇਦਾਰ ਆ ਸਾਰੇ ਤਖਤਾਂ ਦੇ, ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨੁਮਾਇੰਦੇ ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਸਲੇ 'ਤੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ 'ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਧੱਕਾ ਹੋ ਰਿਹਾ ਉਹਦੇ ਵਾਸਤੇ ਸਾਨੂੰ ਇਨਸਾਫ ਮਿਲ ਸਕੇ। ਸਾਰੇ ਕੰਮ 'ਚ ਸਰਕਾਰ ਦਾ ਰੋਲ ਕਿਵੇਂ ਸਮਝਦੇ ਹੋ ਤੁਸੀਂ? ਸਰਕਾਰ ਦਾ ਰੋਲ ਤਾਂ ਜੀ ਬੜਾ ਨੈਗੇਟਿਵ ਹੈ ਜੀ। ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਲੋਕਾਂ ਨੂੰ ਬਚਾਉਣ ਦੀ ਮੁਹਿੰਮ ਚਲਾ ਰਹੇ ਸੀ, ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ, ਅਤੇ ਉਹਨਾਂ ਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ 'ਤੇ ਇੱਦਾਂ ਦੇ ਗਲਤ ਧਰਾਵਾਂ ਲਾ ਕੇ, ਜੋ NSA ਵਰਗੇ ਕਾਨੂੰਨ ਹੈ ਬਹੁਤ ਸਖਤ, ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡਿਊਗੜ੍ਹ ਜੇਲ੍ਹ ਲਿਜਾਣਾ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ। ਜਲੰਧਰ ਜਿਮਨੀ ਚੋਣ ਵੀ ਹੈ ਜੀ, ਉਸ ਬਾਰੇ ਕੀ ਸੋਚਦੇ ਤੁਸੀਂ? ਨਹੀਂ, ਉਹਦੇ 'ਚ ਅਸੀਂ ਕੋਈ ਪਾਰਟੀਸਪੇਟ ਨਹੀਂ ਕੀਤਾ, ਅਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ, ਅਸੀਂ ਇਹ ਚੀਜ਼ ਉਮੀਦ ਕਰਦੇ ਹਾਂ। ਠੀਕ।